ਅਸਰੀਕਾਲ ਜੀ, ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ? ਸਾਰੇ ਵੀਰਾਂ ਤੋਂ ਉਮੀਦ ਕਰਦਾ ਸਾਰੇ ਜਣੇ ਠੀਕ ਹੋਗੇ। ਸੋ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ। ਸੋ ਜੀ, ਸ਼ੌਪ ਤੋਂ ਸ਼ੁਰੂ ਕੀਤਾ ਆਪਾਂ ਵਲੌਗ, ਤੇ ਚੈੱਕ ਕਰੋ ਸਾਰੇ ਹੀ ਕਾਰਾਂ ਹੋਈਆਂ ਪਈਆਂ ਆ, ਠੀਕ ਆ। ਉਹ ਕਾਰ 'ਚ ਕੋਈ ਪ੍ਰੋਬਲਮ ਸੀਗੀ, ਐਂਪ ਨੂੰ ਲੈ ਕੇ ਉਹ ਕਰ ਰਹੇ ਹਾਂ, ਠੀਕ ਆ। ਇੱਧਰ ਵੀਰ ਹੋਣੀ ਆਏ ਸੀ ਆਪਣੇ ਤੋਂ, ਅਤੇ ਇਹਨਾਂ ਦਾ ਆਪਾਂ ਸਮਾਨ ਦੇਣਾ ਇਹਨਾਂ ਨੂੰ, ਉਹਦੇ ਹੀ ਆ, ਅਤੇ ਮਿਸਤਰੀ ਸਾਹਿਬ ਲੱਗੇ ਆਪਣੇ ਕੰਮ, ਠੀਕ ਹੈ। ਲੈ ਵੀ ਆਪਣੀਆਂ ਵਿਜੇ ਵਾਲੀ ਪੇਟੀ ਉਹ ਪਈ ਆ, ਠੀਕ ਹੈ, ਅਤੇ ਆਹ ਜਿਹੜੇ ਆਪਾਂ ਸਿੰਗਲ ਵਾਲਾ ਆਰਡਰ ਆਇਆ ਸੀ ਉਹਦੀ ਪੇਟੀ ਆ, ਠੀਕ ਹੈ। ਮੈਂ ਇਹਨਾਂ ਨੂੰ ਲੈਦਰ ਕਰਨਾ ਸ਼ੁਰੂ ਕਰਦੇ ਹਾਂ, ਅਤੇ ਫਿਰ ਬਾਈਆਂ ਨੂੰ ਬੁਲਾਉਣਾ ਸ਼ੁਰੂ ਕਰੀਏ। ਹਾਂਜੀ ਬਾਬੇ, ਉਸ ਕੰਮ ਕੁੰਮ ਕਰਦੇ ਟਾਈਮ ਆਪਾਂ ਆਪਣੀ ਗੱਡੀ ਵੱਲ ਹੋਏ, ਇਹਦੇ ਨਾ ਕੂਲੈਂਟ ਆਈ ਜਾਂਦਾ ਸੀਗਾ ਥੱਲੇ, ਅਤੇ ਆਹ ਜਿਹੜਾ ਕੂਲੈਂਟ ਕਹਿ ਰਿਹਾ, ਸੋਰੀ ਪਾਣੀ, ਬਾਅਦ 'ਚ ਦੇਖਿਆ ਵੇਸਟ ਵਾਲਾ ਪਾਈਪ ਲੀਕ ਆ। ਇਹ ਏਜੰਸੀ ਪਤਾ ਕਰਦੇ ਹੁਣ ਮਿਲ ਜਾਂਦਾ ਕਿ ਨਹੀਂ। ਆਹ ਪੈ ਪਿਆ ਜਿਹੜਾ ਲੀਕ ਹੋਇਆ, ਇਹਦੇ ਨਾਲ ਆਹ ਚੀਜ਼ ਖੁੱਲ ਗਈ, ਇਹ ਮੇਰੇ ਹਿਸਾਬ ਨਾਲ ਕੱਢਿਆ ਆ ਪਿਆ ਵਾ। ਉਹ ਨਹੀਂ ਭਰਾ ਬਈ, ਨਾ ਨਾ ਆਹ ਦੇਖ ਨਾ, ਇਹਦੇ ਅੰਦਰ ਪੇਚਕਸ ਦੇ ਮਾਰ ਕੇ ਆ ਯਾਰ, ਧਿਆਨ ਨਾਲ ਦੇਖ ਵੀਰ, ਆਹ ਦੇਖ। ਇਹ ਕਿਸੇ ਨੇ ਏਜੰਸੀ ਬਦਲਦਾ ਹੀ ਦਿੱਤਾ, ਮੈਨੂੰ ਲੱਗਦਾ ਵੀ ਆ। ਹਾਂ ਮੈਨੂੰ ਲੱਗਦਾ ਵੀ ਆ, ਕਿਉਂਕਿ ਆਪਾਂ ਕੰਮ ਕਰਾਇਆ ਸੀਗਾ ਉਹ। ਹੋਰ ਦੱਸ, ਮੈਨੂੰ ਵਾਈਪਰ ਬਲੇਡ ਵੀ ਬਦਲੇ ਹੋਏ ਲੱਗਦੇ ਆ, ਕਿਉਂਕਿ ਮੈਂ ਨਵੇਂ ਪਵਾਏ ਸੀ ਯਾਰ, ਠੀਕ ਹੈ। ਹੁਣ ਨਾ ਇਹ ਮਾਰ ਕੇ ਛੱਡਦੇ ਆ ਜਦੋਂ ਵੀ ਇਹਦੇ ਕਰਦੇ ਆ ਨਾ ਆਪਾਂ ਕੰਮ। ਮੈਂ ਤੁਹਾਨੂੰ ਦਿਖਾਉਂਦਾ ਆ, ਆਹ ਦੇਖ, ਇਹ ਮੈਨੂੰ ਐਂ ਲੱਗਦਾ ਜਿਵੇਂ ਬਦਲੇ ਕਿਸੇ ਨੇ ਬਦਲ ਲਏ, ਪਤਾ ਨਹੀਂ ਮੇਰੇ ਕਿਉਂ ਦਿਮਾਗ 'ਚ ਆ ਰਿਹਾ ਵੀ ਇਹ ਬਦਲ ਲਏ ਕਿਸੇ ਨੇ ਯਾਰ। ਦੇਖੀ ਇੱਕ ਵਾਰੀ, ਮੈਂ ਨਵੇਂ ਪਵਾਏ ਬਈ, ਬ੍ਰਾਂਡ ਨਿਊ ਪਵਾਏ ਆ। ਹੋਰ ਦੱਸਾਂ, ਉਹੀ ਤਾਂ ਗੱਲ ਆ ਯਾਰ, ਮੈਂ ਨਵੇਂ ਪਵਾਏ, ਮੈਨੂੰ ਲੱਗਿਆ ਮੈਂ ਕਿਹਾ ਵੀ ਵਾਈਪਰ ਬਲੇਡ ਬਦਲੇ ਗਏ ਯਾਰ, ਕਿਉਂਕਿ ਜਿੱਦਣ ਦੀ ਏਜੰਸੀ ਤੋਂ ਆਈ ਆ, ਯਾਦ ਆ ਤੂੰ ਕਹਿੰਦਾ ਥਿਨਰ ਗਿਰਿਆ ਆ ਇੱਥੇ, ਹੈ ਨਾ। ਉਦਣ ਮੈਨੂੰ ਮਹਿਸੂਸ ਹੋਇਆ, ਮੈਂ ਕਿਹਾ ਯਾਰ ਵੀ ਕੁਛ ਨਾ ਕੁਛ ਤਾਂ ਬਦਲੇ ਨੇ, ਇੱਕ ਬਲੇਡ ਹੋਰ ਆ, ਇੱਕ ਹੋਰ ਆ। ਹਾਂ ਉਹੀ, ਆਹ ਦੇਖ, ਆਹ ਚੀਜ਼ ਤਾਂ ਛੱਡਦੀ ਨਹੀਂ, ਨਾ ਗੱਡੀ ਉੱਤੇ ਛੱਡਦੀ ਆ ਨਾ ਥੱਲੇ ਛੱਡਦੀ ਆ। ਆਹ ਬਲੇਡ ਵੀ ਹੋਰ ਆ ਦੇਖ, ਹਾਂ ਆਹ ਕੱਟਾਂ ਦਾ ਫਰਕ ਆ, ਉਹਦਾ ਲਾਸਟ 'ਚ ਆ, ਇਹਦਾ ਸੈਂਟਰ 'ਚ ਆ। ਆਹੀ 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 ਪੰਗਾ ਹੈ ਯਾਰ ਬਈ, ਉਦਣ ਮੈਂ ਨਾ ਇਹ ਚੀਜ਼ ਸੋਚੀ ਗਿਆ, ਮੈਂ ਕਿਹਾ ਯਾਰ ਮੇਰੇ ਬਲੇਡ ਬਦਲੇ ਗਏ, ਨਾਲੇ ਇਹਨਾਂ ਦੀ ਕੈਪਾਂ ਵੀ ਨਹੀਂ ਹੈਗੀ ਬਾਈ। ਗੱਲ ਤਾਂ ਉਹੀ ਆ, ਆਹ ਦੇਖ ਲਾ, ਆਹ ਕਿੰਨਾ ਮਾਡਲ ਆ, 6 ਮਾਡਲ ਦੀਆਂ ਕੈਪਾਂ ਹੈਗੀਆਂ ਨੇ ਹਲੇ, ਠੀਕ ਹੈ। ਆਹ 20 ਮਾਡਲ ਦੀਆਂ ਕੈਪਾਂ ਨਹੀਂ ਦੇਖਦੀਆਂ ਪਈਆਂ ਕਿਤੇ, ਆਹ ਕੰਮ ਹੈ ਏਜੰਸੀ ਵਾਲਿਆਂ ਦੇ। ਪਰ ਹੁਣ ਕਹਿ ਵੀ ਕਿਸੇ ਨੂੰ ਕੀ ਸਕਦੇ ਹਾਂ ਯਾਰ, ਅਗਲਾ ਕਹੂਗਾ ਮੈਨੂੰ ਨਹੀਂ ਪਤਾ, ਉਹਨੇ ਕਿਹੜਾ ਮੈਨੂੰ ਨਹੀਂ ਪਤਾ, ਠੀਕ ਹੈ। ਕਿੰਨਾ ਕੁ ਕਿਸੇ ਦਾ ਸਿਰ ਪਾੜ ਲਾਂਗੇ ਦੱਸ ਯਾਰ। ਆਹ ਹਾਲ ਆ, ਆਹ ਪੈਪ ਦਾ ਜਿਹੜਾ ਸਾਲਾ ਕੰਮ ਹੋਇਆ ਉਹ ਲੈਦਾ ਆ, ਇਹਨੇ ਸਾਰਾ ਪਾਣੀ ਜਿਹੜਾ ਏਸੀ ਵਾਲਾ ਹੁੰਦਾ ਆ ਉਹਦਾ ਮੈਂ ਕੱਲ੍ਹ ਦੇਖਿਆ, ਮੈਂ ਕਿਹਾ ਯਾਰ ਆਹ ਮੀਟਿੰਗ ਪਾਰਟੀ ਆ ਇੱਥੋਂ, ਮੀਟਿੰਗ ਪਾਰਟੀ ਮੈਂ ਚੱਕੀ, ਮੈਂ ਕਿਹਾ ਵੀ ਚੱਲ ਇਹਨੂੰ ਚੇਂਜ ਕਰਾਉਂਦੇ ਹਾਂ ਮੀਟਿੰਗ ਨੂੰ। ਮੈਂ ਫੋਨ ਕੀਤਾ ਕਿਉਂਕਿ ਇਹ ਨਾ ਸਿਲਾਈ ਵਾਲੀ ਨਹੀਂ ਹੈਗੀ, ਡਾਈ ਆ ਪ੍ਰੋਪਰ ਇਹਦੀ, ਠੀਕ ਹੈ, ਅਤੇ ਉਸ ਹਿਸਾਬ ਨਾਲ ਹੁੰਦੀ ਆ। ਜਦੋਂ ਦੇਖਿਆ ਜੀ ਥੱਲੇ ਪਾਣੀ ਪਾਣੀ ਆ ਦੇਖ, ਠੀਕ ਹੈ, ਅਤੇ ਗੱਡੀ ਦੀ ਡਰਾਈ ਕਲੀਨ ਵੀ ਹੋਣ ਵਾਲੀ ਆ, ਠੀਕ, ਇਹਨੂੰ ਡਰਾਈ ਕਲੀਨ ਕਰਾਵਾਂਗੇ। ਹਾਂ ਬੱਲੇ, ਫਿਰ ਤਾਂ ਲਾਟਰੀ, ਫਿਰ ਤਾਂ ਲਾਟਰੀ ਨਿਕਲ ਗਈ ਲਾਟਰੀ। ਹਾਂ ਚੈੱਕ ਕਰੋ ਤੁਸੀਂ, ਨੈਵਰ ਫੋਲਡ ਨੈਵਰ ਬੈਕ ਡਾਊਨ ਹੁਣ ਸਾਨੂੰ ਕਰਨੀ ਪੈਣੀ ਵੇਟ ਥੋੜ੍ਹੀ ਦੇਰ, ਦੇਖਦੇ ਹਾਂ ਕੀ ਰਿਪਲਾਈ ਆਉਂਦਾ ਏਜੰਸੀ ਵਾਲਿਆਂ ਦਾ। ਇੱਧਰ ਬਾਬੇ ਆਪਣਾ ਪੇਟੀਆਂ ਵਾਲਾ ਕੰਮ ਸ਼ੁਰੂ ਹੈ, ਠੀਕ ਹੈ। ਬਿਜਲੀ ਵਾਲੀ ਉਹ ਪਈ ਆ, ਉਹਦੀ ਗਲਾਈਆਂ ਭਰਨੀਆਂ ਬਸ, ਸਵੇਰੇ ਬੁਲਾ ਲਿਆ ਟਰੈਕਟਰ, ਠੀਕ ਹੈ। ਆਹ ਆਪਣੀ ਸਿੰਗਲ ਬੂਫਰ ਵਾਲੀ ਆ ਜਿਹੜੀ, ਠੀਕ ਹੈ, ਉਹਦੇ ਪੋਰਟ ਪੈਣ ਲੱਗੇ ਆ। ਆਹ ਦੋਵਾਂ 'ਤੇ ਲੈਦਰ ਚੜੂ ਅੱਜ, ਆਹ ਵੀ ਫਾਈਨਲ ਹੋ ਗਈ, ਇਹ 'ਤੇ ਵੀ ਲੈਦਰ ਚੜ ਜੂਗਾ। ਇਹ ਵੀ ਟਰੈਕਟਰ ਅੱਜ ਬੁਲਾਇਆ ਸੀ, ਪਰ ਵੀਰ ਕਹਿੰਦੇ ਵੀ ਅਸੀਂ ਬਿਜ਼ੀ ਹੋ ਗਏ ਕਿਤੇ, ਕੋਈ ਕੰਮ ਪੈ ਗਿਆ, ਅਸੀਂ ਅੱਜ ਨਹੀਂ ਆ ਸਕਦੇ, ਕੱਲ੍ਹ ਆਵਾਂਗੇ। ਅੱਧਾ ਕੰਮ ਤਾਂ ਇੱਦਾਂ ਲੇਟ ਹੋ ਜਾਂਦਾ ਆਪਣਾ, ਠੀਕ ਹੈ। ਕੁਛ ਤੁਸੀਂ ਚੈੱਕ ਕਰ ਸਕਦੇ ਹੋ, ਅੱਜ ਆਹ ਵਾਲੀ ਪੇਟੀ 'ਤੇ ਵੀ ਲੈਦਰ ਚੜਾਤਾ ਮੁੰਡੇ ਨੇ, ਠੀਕ ਹੈ। ਕਰੋ ਆਊਟਪੁੱਟ ਚੈੱਕ, ਓਕੇ ਰਿਪੋਰਟਾਂ ਜਮਾਂ, ਠੀਕ ਹੈ। ਅੱਜ ਪੰਗਾ ਹੋਰ ਹੋਈ ਜਾਂਦਾ, ਲਾਈਟ ਵੀ ਨਹੀਂ ਆਉਂਦੀ, ਲਾਈਟ ਨੇ ਬਾਹਲੇ ਤਪਾਏ ਆ, ਜੇ ਲਾਈਟ ਆਵੇ ਤਾਂ ਗੱਲਬਾਤ ਬਣੇ। ਕਿਉਂਕਿ ਨੇਰਾ ਜਿਹਾ ਹੈਗਾ ਆ, ਇੰਨਾ ਛੋਟੀਆਂ ਨੇ ਤਾਂ ਕਿੰਨਾ ਕੁ ਇਨਵੇਟਰ ਖਾ ਲੈਣਾ ਆ, ਅਤੇ
ਬਸ ਆਹੀ ਕੁਛ ਚੱਲੀ ਜਾਂਦਾ ਅੱਜ, ਜਿੰਨਾ ਵਾ ਕੰਮ ਵਾਸਤੇ ਜਿਹੜੇ ਬੁਲਾਏ ਸੀ ਉਹ ਤਾਂ ਆਏ ਨਹੀਂ ਬੰਦੇ ਹੁਣ। ਆਪਾਂ ਇੰਨਾ ਇਹੀ ਕਰਦੇ ਹਾਂ ਵੀ ਲੈਦਰ ਚੜ੍ਹਾ ਲੈਂਦੇ ਹਾਂ ਸਾਰੀ ਪੇਟੀਆਂ 'ਤੇ, ਇੱਕ ਦੋ ਤਿੰਨ ਤਿੰਨ ਪੇਟੀਆਂ 'ਤੇ ਲੈਦਰ ਚੜ੍ਹ ਜੂਗਾ, ਫਿਰ ਜਦੋਂ ਵਿਜੇ ਵਾਲੀ ਕੰਪਲੀਟ ਹੋਊਗੀ ਕੱਲ੍ਹ ਉਹਨਾਂ 'ਤੇ ਵੀ ਚੜ੍ਹਾ ਲਾਂਗੇ ਨਾਲ ਹੀ। ਲਓ ਜੀ ਮਿੱਤਰੋ, ਆਪਾਂ ਨੂੰ ਉਹ ਪੈ ਵਜਾ 'ਤੇ ਮਿਲਿਆ ਨਹੀਂ, ਕੰਪਨੀ ਵਾਲੇ ਤਾਂ ਕਰਕੇ ਹੱਥ ਖੜੇ, ਕਹਿੰਦੇ ਹੈ ਨਹੀਂ ਔਰਡਰ 'ਚ। ਬਾਕੀ ਆਪਾਂ ਨਵਾਂ ਜਿਹੜਾ ਇਨਕਲੋਜ਼ਰ ਰੈਡੀ ਕੀਤਾ ਆ, ਠੀਕ ਹੈ, ਇਹ ਥੋੜ੍ਹਾ ਜਿਹਾ ਡਿਫਰੈਂਸ ਪਾਇਆ ਉਹ ਤੋਂ, ਠੀਕ ਹੈ, ਇਹਦੀ ਡਾਇਮੈਂਸ਼ਨ ਮਤਲਬ ਉਹੀ ਹੈ ਲਗਭਗ, ਥੋੜ੍ਹੀ ਬਹੁਤੀ ਕੀਤੀ ਹੈ ਚੇਂਜਿਸ ਇਹਦੇ ਅੰਦਰ। ਇਹਨੂੰ ਹੁਣ ਵਜਾ ਕੇ ਦੇਖਾਂਗੇ, ਫਿਲਹਾਲ ਸੀਲ ਕੀਤਾ ਆ, ਥੋੜ੍ਹਾ ਟਾਈਮ ਲੱਗੂਗਾ ਇਹਨੂੰ, ਫਿਰ ਦੇਖਦੇ ਹਾਂ। ਬਾਕੀ ਇੱਕ ਪੇਟੀ, ਅੱਛਾ ਕਾਰਬਨ ਪਾਉਣ ਲੱਗਿਆ ਹੋਇਆ ਭਰਾ, ਡਰਿੱਲ ਦੇ ਕਾਰਬਨ ਉੱਡ ਗਏ ਯਾਰ, ਉਹਦੇ ਕਾਰਬਨ ਪਾਉਂਦੇ ਹਾਂ, ਅਤੇ ਆਹ ਵਾਲੀ ਪੇਟੀ ਜਿਹੜੀ ਆ ਇੱਥੇ ਲੈਦਰ ਲਾਉਣਾ ਸ਼ੁਰੂ ਕਰਦੇ ਹਾਂ। ਮੈਂ ਕਿਹਾ ਕੱਲ੍ਹ ਆਉਣਗੇ ਤਾਂ ਜਾਂ ਜਿੱਦਾਂ ਵੀ ਹੁਣ ਆਉਂਦੇ ਆ, ਭਾਈ ਦਾ ਫਿਰ ਦੁਬਾਰਾ ਫੋਨ ਆਇਆ ਸੀ, ਕਹਿੰਦਾ ਦੇਖਦਾ ਮੈਂ ਹੁਣੇ ਆ ਜਾਂਦਾ, ਫਿਰ ਇਹਨੂੰ ਜਿਹੜਾ ਆ ਟੰਗ ਦਾਂਗੇ, ਠੀਕ। ਅਤੇ ਬਾਕੀ ਆਹ ਆਪਣੇ ਦੋ ਭਰਾ ਆ, ਉਹਨਾਂ ਦੀਆਂ ਪੇਟੀਆਂ ਇਹ ਵੀ ਲੈਦਰ ਕਰ ਲੈਂਦੇ ਹਾਂ, ਅਤੇ ਆਹ ਵਿਜੇ ਵਾਲੀ, ਉਹ ਵਿਜੇ ਵਾਲੀ, ਅਤੇ ਆਹ ਇੱਕ ਹੋਰ ਆ ਜਿਹੜੇ ਰਾਤ ਭਰਾ ਆਏ ਸੀ ਉਹਨਾਂ ਦੀ ਆ, ਠੀਕ ਹੈ, ਇਹਨਾਂ ਦੇ ਵੀ ਇਹ ਲਗਭਗ ਇਹ ਲਾ ਦੇਣੀਆਂ ਆ। ਉਸ ਤੋਂ ਬਾਅਦ ਆਪਾਂ ਦੋ ਪੇਟੀਆਂ ਹੋਰ ਤਿਆਰ ਕਰਾਉਣੀਆਂ, 27-27 ਵਾਲੀਆਂ, ਇੱਕ ਆਪਣੇ ਵਾਲੀ ਹੋਊਗੀ ਜਿਹੜੀ, ਉਹ ਤਾਂ ਹੁਣ ਸਪੈਸ਼ਲੀ ਆ, ਉਹਦੇ ਲਈ ਆਪਾਂ ਰੁਕਣਾ ਪੈਣਾ ਆ 2-4 ਦਿਨ ਮੇ ਬੀ, ਮੈਨੂੰ ਲੱਗਦਾ ਵੀ ਆਪਣੇ ਵਾਲੀ ਤਾਂ ਮੇਰੇ ਕੋਲ ਵਿਆਹ ਆ 2-3, ਉਸ ਤੋਂ ਬਾਅਦ ਹੀ ਹੋਊਗੀ ਰੈਡੀ, ਕਿਉਂਕਿ ਟਾਈਮ ਘੱਟ ਆ ਇੱਧਰ, ਫਿਰ ਸ਼ਾਇਦ ਮਿਸਤਰੀ ਸਾਹਿਬ ਕਰ ਵੀ ਦੇਣ ਪਿੱਛੋਂ, ਦੇ ਕੁਛ ਕਹਿ ਨਹੀਂ ਸਕਦੇ ਕਿਉਂਕਿ ਮੈਂ ਨਹੀਂ ਆਉਣਾ, ਮੈਨੂੰ ਇਹ ਆ ਵੀ ਮੈਂ ਆਪਣੇ ਸਾਹਮਣੇ ਪੇਟੀ ਰੈਡੀ ਕਰਾਵਾਂ ਹੌਲੀ, ਬਾਕੀ ਦੇਖਦੇ ਹਾਂ ਚਲੋ ਜੋ ਵੀ ਹੋਊਗਾ। ਹਾਂਜੀ ਬਾਬੇ, ਉਹ ਮੈਨੂੰ ਪੈ ਗਿਆ ਸੀ ਕੋਈ ਕੰਮ, ਅਤੇ ਮੈਂ ਚਲਾ ਗਿਆ ਸੀਗਾ ਦੁਕਾਨੋਂ ਸ਼ਹਿਰ ਵੱਲ ਨੂੰ, ਠੀਕ ਹੈ, ਅਤੇ ਫਿਲਹਾਲ ਮੈਂ ਵਾਪਸ ਆਇਆ ਤਾਂ ਦੇਖਿਆ ਹਨੇਰਾ ਹੋ ਗਿਆ, ਠੀਕ ਹੈ, ਅਤੇ ਫਿਰ ਜੋ ਚੀਜ਼ਾਂ ਦਿਖਾਉਣ ਵਾਲੀਆਂ ਸੀ ਉਹ ਤਾਂ ਹੁਣ ਨਿਕਲ ਗਈਆਂ, ਠੀਕ ਹੈ, ਅਤੇ ਭਾਈ ਸਾਹਿਬ ਆ ਪੋਟਲੀ ਕਾਹਦੀ ਬਣਾ ਲਈ, ਉਹ ਹਾਂ ਕੱਲ੍ਹ ਦਾ ਬਾਬੇ ਆਪਣਾ ਟੂਰ ਹੈ ਮੋਹਾਲੀ ਸਾਈਡ ਦਾ, ਠੀਕ ਹੈ ਜੀ, ਅਤੇ ਜਿੱਦਾਂ ਕਿ ਹੁਣ ਵਲੋਗ ਪੈ ਜਾਣਾ ਆ, ਠੀਕ, ਕਿਸੇ ਵੀ ਵੀਰ ਭਰਾ ਦਾ ਉੱਧਰ ਜੇ ਸੈੱਟ ਲੱਗਾ ਆ, ਕੋਈ ਚੱਕਰ ਹੈ, ਕੋਈ ਸੈਟਿੰਗ ਸੂਟਿੰਗ ਕੁਛ ਵੀ ਕਰਾਉਣਾ ਆ, ਠੀਕ ਹੈ, ਮੇਰਾ ਭਰਾ ਮੈਨੂੰ ਨਾ ਕੱਲ੍ਹ ਕਾਲ ਕਰ ਲਿਓ ਸਵੇਰੇ 9 ਵਜੇ ਤੋਂ ਬਾਅਦ, ਠੀਕ ਹੈ, ਜੇ ਛੋਟੀ ਮੋਟੀ 'ਚ ਕੋਈ ਵੀ ਸੈਟਿੰਗ ਰਹਿੰਦੀ ਹੁੰਦੀ ਆ ਜਾਂ ਜਿਹਦੇ ਵਾਸਤੇ ਤੁਸੀਂ ਆਉਣਾ ਹੋਇਆ ਮੇਰੇ ਕੋਲ, ਅਤੇ ਤੁਹਾਡਾ ਉੱਧਰ ਹੀ ਹੱਲ ਹੋ ਜੂਗਾ ਮੇਰੇ ਭਰਾ, ਜ਼ਰੂਰ ਮੇਰੇ ਨਾਲ ਕਾਲ 'ਤੇ ਇੱਕ ਵਾਰੀ ਕਹਿਣਾ, ਕੰਟੈਕਟ ਕਰ ਲਿਓ, ਠੀਕ ਹੈ। ਫਿਲਹਾਲ ਹੁਣ ਬਸ ਆਪਾਂ ਸਮਾਨ ਹੀ ਰੱਖੀ ਜਾਂਦੇ ਸੀ ਗੱਡੀ 'ਚ, ਠੀਕ ਹੈ, ਸਮਾਨ ਰੱਖ ਕੇ ਹੁਣ ਆਪਾਂ ਨਿਕਲਾਂਗੇ ਘਰ ਨੂੰ, ਅਤੇ ਉਸ ਤੋਂ ਪਹਿਲਾਂ ਆਪਣੇ ਵੀਰਾਂ ਦੇ ਨਾ ਬਥੇਰਿਆਂ ਦੇ ਕਮੈਂਟ ਆਏ ਹੋਏ ਸੀਗੇ ਕਈ ਚੀਜ਼ਾਂ ਨੂੰ ਲੈ ਕੇ, ਆਪਾਂ ਉਹਨਾਂ ਦੇ ਰਿਪਲਾਈ ਕਰ ਲੈਂਦੇ ਹਾਂ, ਕਿਉਂਕਿ ਫਿਰ ਇੱਦਾਂ ਰਹਿੰਦਾ ਵੀ ਨਾਲ ਦੇ ਨਾਲ ਹੀ ਕੰਮ ਨਿਬੜਦਾ ਜਾਂਦਾ, ਨਹੀਂ ਤਾਂ ਫਿਰ ਕਮੈਂਟ ਬਹੁਤ ਇਕੱਠੇ ਹੋ ਜਾਂਦੇ ਆ, ਫਿਰ ਰਿਪਲਾਈ ਦੇਣਾ ਔਖਾ ਲੱਗਦਾ ਆ, ਕਿਉਂ ਟਾਈਮ ਜਿਹਾ ਨਹੀਂ ਨਿਕਲਦਾ ਹੁੰਦਾ, ਇੱਦਾਂ ਨਹੀਂ ਕਿ ਹਾਂ ਬਈ ਕੋਈ ਗੱਲਬਾਤ ਆ, ਬਸ ਟਾਈਮ ਜਿਹਾ ਨਹੀਂ ਨਿਕਲਦਾ ਹੁੰਦਾ, ਤਾਂ ਕਰਕੇ ਪਹਿਲਾਂ ਆਪਾਂ ਸੈਟਲ ਕਰ ਲਈਏ, ਕਿਉਂਕਿ ਖੜ ਕੇ ਵਲੌਗ ਬਣਾਉਣਾ ਇੱਕ ਵੱਖਰੀ ਹੀ ਉਹ ਆ। ਕੀ ਰੱਖੀ ਕੀ ਰੱਖੀਏ ਕੀ ਰੱਖੀਏ, ਇੱਕ ਆ ਟਰਾਈਪੋਡ ਲੈ ਕੇ ਆਉਣਾ ਆ, ਇਹ ਤੁਹਾਡੇ ਭਰਾ ਨੇ ਕਈ ਵਾਰੀ ਸੋਚ ਲਿਆ ਟਰਾਈਪੋਡ ਵਾਲਾ ਸਿਸਟਮ। ਸੋ ਬਾਬੇ ਉਹ ਮੇਨ ਨਾ ਆਪਣੇ ਕੋਲ ਕਮੈਂਟ ਆਏ ਸੀਗੇ, ਮੈਂ ਉਹਨਾਂ ਦੇ ਰਿਪਲਾਈ ਕਰ ਦਿੰਦਾ ਹਾਂ। ਪਹਿਲਾਂ ਦੇ ਵੀਰਾਂ ਦੇ ਇਹ ਕਮੈਂਟ ਆਇਆ ਸੀਗਾ ਵੀ ਸਲੰਸਰ ਟਰਾਈਟਰ ਦਾ ਥੱਲੇ ਨੂੰ ਕਰ ਦਿਉ ਆਪਣੇ ਵਾਲੇ ਦਾ, ਅਤੇ ਉਹਦੇ 'ਤੇ ਵੀ ਗੌਰ ਰੱਖਾਂਗੇ, ਠੀਕ ਹੈ। ਦੂਜਾ ਆਉਂਦਾ ਆ ਬਾਬੇ ਉਹ ਵੀ ਸੋਨੀ ਦੇ ਬੂਫਰ, ਜੇ ਆਪਾਂ S&P 1500 ਦੇ ਲਾ ਦਈਏ, ਬਾਬੇ ਉਹ ਗਲਤ ਗੱਲ, ਉਹ 300-350 RMS ਦਾ ਹੋਇਆ, ਠੀਕ ਹੈ, ਜਾਂ 400 ਵੀ ਲਾ ਲਾ, ਉਹਨੇ ਬਹੁਤ ਛੇਤੀ ਬੋਟਮ ਆਊਟ ਹੋ ਜਾਣਾ ਆ, ਠੀਕ ਹੈ, ਉਹਨੂੰ ਇੰਨੀ ਪਾਵਰ 'ਤੇ ਉਹਨੇ ਨਹੀਂ ਚੱਲਣਾ, ਉਹ ਤੁਹਾਨੂੰ ਪ੍ਰੋਬਲਮ ਦਊਗਾ ਹੀ ਦਊਗਾ, ਪਹਿਲੀ ਗੱਲ ਇਹ ਆ, ਠੀਕ ਹੈ। ਦੂਜਾ S&B ਦਾ ਐਂਪਲੀਫਾਇਰ ਬਹੁਤ ਵਧੀਆ ਆ, ਨੋ ਡਾਊਟ, ਪਰ ਉਹਦੇ ਨਾਲ ਮੈਚਿੰਗ ਐਂਪਲੀਫਾਇਰ ਦੇ ਮਤਲਬ ਸੋਰੀ ਉਹਦੇ ਨਾਲ ਮੈਚਿੰਗ ਸਬਵੂਫਰ ਹੋਣਾ ਚਾਹੀਦਾ ਆ, ਤਾਂ ਸੈਟਿੰਗ ਆਊਗੀ ਸਾਰੇ ਦੀ, ਠੀਕ ਹੈ। ਇਹ ਮੇਨ ਦੋ ਕਮੈਂਟ ਬਹੁਤ ਘੁੰਮਦੇ ਸੀਗੇ, ਬਾਕੀ ਜੋ ਵੀ ਕੁਛ ਕਮੈਂਟ ਹੈਗੇ ਤੁਹਾਡੇ ਜਾਂ ਕੋਈ ਵੀ ਵਿਚਾਰ ਆ ਉਹ ਮੈਨੂੰ ਕਰ ਦਿਓ, ਠੀਕ ਹੈ, ਕਮੈਂਟ, ਅਤੇ ਆਪਾਂ ਉਹ 'ਤੇ ਤੁਹਾਨੂੰ ਵਿਚਾਰ ਦੇ ਦਾਂਗੇ ਜੋ ਵੀ ਆ ਆਪਣੇ, ਠੀਕ ਹੈ। ਅਤੇ ਗੱਡੀਆਂ ਨੂੰ ਲੈ ਕੇ ਕਾਲਸ ਆਉਂਦੇ ਆ ਫਿਰ ਵੀ ਗੱਡੀ ਕਰ ਦਿਓ ਇੱਦਾਂ ਉੱਦਾਂ, ਜਾਂ ਕਈ ਵੀਰ ਲੈ ਕੇ ਵੀ ਆ ਗਏ, ਅੱਜ ਵੀ ਦੋ ਵੀਰ ਆਏ ਸੀ, ਉਹਨਾਂ ਨੂੰ ਵਾਪਸ ਮੋੜਨਾ ਪਿਆ, ਠੀਕ ਹੈ। ਮੇਰਾ ਵੀਰ ਨਾ ਫੋਨ ਕਰਕੇ ਆਇਆ ਕਰੋ ਵੀਰੇ, ਚੱਕਰ ਇੱਦਾਂ ਹੋ ਜਾਂਦਾ ਆ ਵੀ ਆਪਣੇ ਕੋਲ ਪਹਿਲਾਂ ਹੀ ਕੋਈ ਨਾ ਕੋਈ ਕੰਮ ਹੁੰਦਾ ਆ,
ਤੇ ਫਿਰ ਉਹਦੇ ਕਰਕੇ ਰੂਟ ਜਿਹਾ ਬਣਦਾ ਨਹੀਂ ਯਾਰ, ਚੰਗਾ ਨਹੀਂ ਲੱਗਦਾ, ਤੁਸੀਂ ਦੂਰੋਂ ਆਉਂਦੇ ਹੋ ਫਿਰ ਮੁੜਦੇ ਹੋ, ਠੀਕ ਹੈ? ਅਤੇ ਇਸ ਕਰਕੇ ਮੇਰਾ ਭਰਾ ਪਹਿਲਾਂ ਹੀ ਫੋਨ ਕਰ ਲਿਆ ਕਰੋ, ਕਿਉਂਕਿ ਜੋ ਅੱਜ ਪ੍ਰੋਬਲਮ ਆਈ, ਪਹਿਲੀ ਪ੍ਰੋਬਲਮ ਇਹੀ ਵੀਰਾਂ, ਉਹਨਾਂ ਨੇ ਕਿਹਾ ਵੀ ਵਾਇਰਿੰਗ ਕਰਨੀ ਆ ਸਾਰੀ ਗੱਡੀ ਦੀ, ਠੀਕ ਹੈ? ਅਤੇ ਵਾਇਰਿੰਗ ਵਾਸਤੇ ਚੱਕਰ ਇਹ ਸੀ, ਆਪਾਂ ਜੋ ਉਹਦੇ 'ਚ ਸਮਾਨ ਲੱਗਣਾ ਸੀਗਾ ਉਹਦੇ 'ਚ ਆਪਾਂ ਨੂੰ ਮੇਨ ਵਾਇਰਿੰਗ ਚਾਹੀਦੀ ਸੀ, ਜੋ ਉਹਨਾਂ ਨੇ ਡਿਮਾਂਡ ਕੀਤੀ ਉਹ ਆਪਣੇ ਕੋਲ ਹੈ ਨਹੀਂ ਸੀਗੀ, ਠੀਕ ਹੈ? ਸੋ ਉਹਦੇ ਵਾਸਤੇ ਟਾਈਮ ਲੱਗਣਾ ਸੀ। ਫਿਰ ਦੂਜੀ ਜਿਹੜੀ ਗੱਡੀ ਆਈ ਹੈ ਉਹ ਵੀਰਾਂ ਦਾ ਕੀ ਪ੍ਰੋਸੈਸ ਸੀਗਾ, ਵੀ ਨਵੀਂ ਗੱਡੀ ਸੀ, ਉਹਨਾਂ ਨੇ ਸਾਰਾ ਹੀ ਸਿਸਟਮ ਲਵਾਉਣਾ ਸੀਗਾ, ਠੀਕ ਹੈ? ਪਰ ਉਹ ਕੀ ਕਰੀਏ, ਉਹਨਾਂ ਨੇ ਸਮਾਨ ਲੈਣ ਤਾ ਆਪਣਾ ਨਾਲ, ਵੀ ਆਹ ਲਾ ਦਿਓ। ਜਦੋਂ ਥੋੜ੍ਹਾ ਬਹੁਤਾ ਕਰਕੇ ਵੇਖਿਆ ਤਾਂ ਉਹ ਕੰਪੈਟੇਬਲ ਹੈ ਹੀ ਨਹੀਂ ਸੀ, ਨਾ ਤਾਂ ਉਹਦਾ ਫਰੇਮ ਉਹੀ ਸੀਗੇ ਜਿਹਦੇ, ਮਤਲਬ ਆ ਫਰੰਟ ਫਰੇਮ ਹੁੰਦੇ ਨਾ ਡੈਸ਼ਬੋਰਡ ਵਾਲੇ, ਮੈਂ ਤੁਹਾਨੂੰ ਇਹ 'ਚ ਦਿਖਾ ਦਿੰਦਾ ਆਹ ਵਾਲੇ, ਨਾ ਤਾਂ ਇਹ ਫਰੇਮ ਉਹ ਵਾਲੇ ਸੀਗੇ ਜਿਹੜੇ ਲੱਗ ਜਾਣ, ਠੀਕ ਹੈ? ਅਤੇ ਨਾ ਹੀ ਸਪੀਕਰਾਂ ਦੇ ਨਾਲ ਮਾਊਂਟਿੰਗ ਸੀ ਕੁਛ ਸੀਗਾ, ਜਿਹਦੇ ਕਰਕੇ ਪ੍ਰੋਬਲਮ ਆਈ, ਠੀਕ ਹੈ ਬਾਬਿਓ? ਸੋ ਇਸ ਕਰਕੇ ਮੇਰੇ ਵੀਰ ਪਹਿਲਾਂ ਹੀ ਥੋੜ੍ਹਾ ਜਿਹਾ ਦੇਖ ਲਿਆ ਕਰੋ, ਪੁੱਛ ਲਿਆ ਕਰੋ, ਤਾਂ ਕਿ ਤੁਹਾਡਾ ਨੁਕਸਾਨ ਨਾ ਹੋਵੇ ਕਿਸੇ ਚੀਜ਼ ਨੂੰ ਲੈ ਕੇ। ਲਓ ਵੀ ਮਿੱਤਰੋ, ਆਪਾਂ ਕਰੀ ਜਾਂਦੇ ਸੀ ਕੰਮ, ਇਹਦੇ ਅੰਦਰ ਜਿਹੜਾ ਆਪਾਂ ਉੱਪਰ ਇਨਕਲੋਜ਼ਰ ਬਣਾ ਕੇ ਰੱਖਿਆ ਸੀ ਨਾ ਟੈਸਟ ਕਰਕੇ, ਇਸ ਗੱਡੀ 'ਚ ਲਾ ਦਿੱਤਾ, ਠੀਕ ਹੈ? ਸੋ ਇਹਦੇ ਅੰਦਰ ਵਧੀਆ ਆਊਟਪੁੱਟ ਆਈ ਆ ਉਹਦੀ, ਕਿਉਂਕਿ ਬਾਬੇ ਇਹ 'ਚ ਨਾ JBL ਦਾ ਸਬਵੂਫਰ ਆ, ਰੀਕੋਨ ਕੀਤਾ ਹੋਇਆ, ਠੀਕ ਹੈ? ਸੋਹਣਾ ਵੱਜ ਰਿਹਾ ਆ, ਵਧੀਆ ਆਊਟਪੁੱਟ ਆ, ਇਹ ਗੱਡੀ ਦੇ ਹਿਸਾਬ ਨਾਲ ਵਧੀਆ ਆ, ਠੀਕ। ਅਤੇ ਉਹ ਕਰਤਾ ਉਹਦੇ 'ਚ ਸੈਟਲ। ਸੋ ਆਪਾਂ ਫਿਲਹਾਲ ਹੁਣ ਚੱਲੇ ਹਾਂ ਘਰ, ਅਤੇ ਇਸ ਵਲੋਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਉਮੀਦ ਕਰਦਾ ਤੁਹਾਨੂੰ ਵਲੋਗ ਵਧੀਆ ਲੱਗਿਆ, ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਸੋ ਮਿਲਾਂਗੇ ਤੁਹਾਨੂੰ ਅਗਲੇ ਵਲੋਗ 'ਚ।